ਸਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ YouTube ਚੈਨਲ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਸੂਫੀ ਕਾਵ ਦੇ ਇੱਕ ਹੋਰ ਕਾਵ ਰੂਪ ਬਾਰੇ ਗੱਲ ਕਰਾਂਗੇ ਸ਼ਾਇਦ ਬਹੁਤ ਘੱਟ ਜਣਿਆਂ ਨੇ ਸੁਣਿਆ ਹੋਣਾ ਤੂਤੀਆਂ ਠੀਕ ਹੈ ਜੀ ਸੋ ਇਹਦੇ ਬਾਰੇ ਗੱਲ ਕਰਾਂਗੇ ਕਿ ਇਹ ਕਿਹੜਾ ਸੂਫੀ ਕਾਵ ਰੂਪ ਹੈ ਤੇ ਇਹਦੀ ਜੋ ਹੈ ਵਰਤੋਂ ਕਿਸ ਨੇ ਕੀਤੀ ਸੀ ਤੇ ਅਸਲ ਦੇ ਵਿੱਚ ਇਹ ਹੁੰਦਾ ਕੀ ਹੈ ਇਸ ਤੋਂ ਪਹਿਲਾਂ ਆਪਾਂ ਦੋੜੇ ਜੋ ਹੈ ਉਹਨਾਂ ਬਾਰੇ ਪੜ ਚੁੱਕੇ ਆ ਠੀਕ ਹੈ ਜੀ ਤੇ ਜੋ ਬਾਕੀ 12 ਮਾ 17 18 ਇਹਨਾਂ ਤੇ ਵੀ ਵੀਡੀਓਜ਼ ਬਣ ਚੁੱਕੀਆਂ ਨੇ ਸੋ ਅਗਰ ਤੁਸੀਂ ਨਹੀਂ ਦੇਖਿਆ ਹੋਈਆਂ ਤਾਂ ਵੀਡੀਓ ਸੈਕਸ਼ਨ ਦੇ ਵਿੱਚ ਜਾ ਕੇ ਉਹ ਵੀਡੀਓਜ਼ ਦੇਖ ਸਕਦੇ ਹੋ ਠੀਕ ਹੈ ਜੀ ਸੋ ਇਹ ਵੀ ਬਿਲਕੁਲ ਸ਼ਾਰਟ ਜੀ ਵੀਡੀਓ ਹੈ ਜਸਟ ਤੁਹਾਨੂੰ ਦੱਸੂਗੀ ਕਿ ਤੂਤੀਆਂ ਹੁੰਦੀਆਂ ਕਿ ਨਹੀਂ ਤੇ ਕਿਸ ਤਰ੍ਹਾਂ ਜੋ ਹੈ ਇਹਨਾਂ ਦਾ ਤੋਲ ਤਕਾੰਤ ਹੁੰਦਾ ਹੈ ਇਹਦੇ ਵਿੱਚ ਤੇ ਆਈ ਹੋਪ ਕਿ ਵੀਡੀਓ ਸਾਰਿਆਂ ਨੂੰ ਚੰਗੀ ਲੱਗੇਗੀ ਸੋ ਸਟਾਰਟ ਕਰਦੇ ਹਾਂ ਸੋ ਜੀ ਇਹ ਵਾਲਾ ਜਿਹੜਾ ਕਾਵ ਰੂਪ ਹੈ ਇਹਦੇ ਤੇ ਕਲਮ ਜੋ ਹੈ ਵਜੀਦ ਨੇ ਅਜਮਾਈ ਸੀ ਸਭ ਤੋਂ ਪਹਿਲਾਂ ਉਸਨੇ ਉਪਦੇਸ਼ਾਤਮਕ ਸੁਰ ਵਿੱਚ ਤੂਤੀਏ ਰਚੇ ਜਿਨ੍ਹਾਂ ਦੀ ਸੂਫੀ ਕਾਵ ਵਿੱਚ ਪਛਾਣ ਤੂਤੀਏ ਵਜੀਦ ਕੇ ਵਜੋਂ ਹੈ ਠੀਕ ਹੈ ਜੀ ਤੂਤੀਏ ਹੁੰਦਾ ਕੀ ਹੈ 4 17 ਦਾ ਹੁੰਦਾ ਹੈ ਪਹਿਲੀ ਤੇ ਦੂਜੀ ਤੁਕ ਦਾ ਜੋ ਤੁਕਾਂਤ ਹੈ ਉਹ ਆਪਸ ਵਿੱਚ ਮਿਲਦਾ ਹੈ ਤੇ ਤੀਜੀ ਚੌਥੀ ਦਾ ਤੁਕਾਂਤ ਜੋ ਹੈ ਉਹ ਆਪਸ ਵਿੱਚ ਮਿਲਦਾ ਹੈ ਪਹਿਲੀ ਤੇ ਦੂਜੀ ਤੇ ਉਸ ਤੋਂ ਬਾਅਦ ਤੀਜੀ ਤੇ ਚੌਥੀ ਜੋ ਤੁਕ ਹੈ ਇਹਨਾਂ ਦੇ ਤੁਕਾਂਤ ਜੋ ਨੇ ਜੀ ਉਹ ਆਪਸ ਚ ਮਿਲਦੇ ਹੁੰਦੇ ਨੇ ਤੇ ਟੋਟਲ ਇਹ ਚਾਰ ਤੁਕਾਂ ਦਾ ਹੁੰਦਾ ਹੈ ਪਰ ਤੂਤੀਤ ਹੁੰਦਾ ਹੈ ਕਿ ਤੂਤੀਏ ਜੋ ਨੇ ਉੱਚੀ ਆਵਾਜ਼ ਵਿੱਚ ਗਾਏ ਜਾਂਦੇ ਹੋਣਗੇ ਜਿਵੇਂ ਤੂਤੀ ਦੀ ਆਵਾਜ਼ ਨਾਲ ਕਿਸੇ ਨੂੰ ਕੁਝ ਦੱਸਣਾ ਹੁੰਦਾ ਹੈ ਉਸੇ ਤਰ੍ਹਾਂ ਹੀ ਤੂਤੀਏ ਜੋ ਨੇ ਉਹ ਵੀ ਸ਼ਾਇਦ ਉੱਚੀ ਆਵਾਜ਼ ਵਿੱਚ ਗਾਏ ਜਾਂਦੇ ਹੋਣਗੇ ਬੁਲੰਦ ਆਵਾਜ਼ ਵਿੱਚ ਕਿਸ ਸਦੀਵੀ ਕਿਸੇ ਸਦੀਵੀ ਸੱਚ ਨੂੰ ਬਿਆਨ ਕਰਦੇ ਹਨ ਵਜੀਦ ਲਿਖਦਾ ਹੈ ਨੀਚੇ ਜੇ ਇੱਕ ਨਮੂਨਾ ਦਿੱਤਾ ਹੋਇਆ ਇਹ ਜ਼ਿਆਦਾਤਰ ਤੂਤੀਏ ਜੋ ਨੇ ਇਹ ਲਿਖੇ ਜਾਂਦੇ ਸੀ ਕਿਸੇ ਸੱਚ ਨੂੰ ਬਿਆਨ ਕਰਨ ਦੇ ਲਈ ਠੀਕ ਹੈ ਜੀ ਸੋ ਜਿਵੇਂ ਮੈਂ ਤੁਹਾਨੂੰ ਜਦੋਂ ਵੀ ਕੋਈ ਸੂਫੀ ਕਾਵਰੂ ਬਾਰੇ ਦੱਸਦੀ ਹਾਂ ਤਾਂ ਮੈਂ ਨਾਲ ਉਹਦੀ ਯੂਜ਼ ਵੀ ਦੱਸਦੀ ਹਾਂ ਕਿ ਇਹਨਾਂ ਦਾ ਜੋ ਹੈ ਉਦੇਸ਼ ਅਸਲ ਵਿੱਚ ਹੁੰਦਾ ਕੀ ਸੀਗਾ ਇਹ ਕਾਵਰੂਪ ਨੂੰ ਲਿਖਣ ਦਾ ਸੋ ਤੂਤੀਏ ਕਾਵਰੂਪ ਜੋ ਹੈ ਇਹਨੂੰ ਲਿਖਣ ਦਾ ਉਦੇਸ਼ ਹੁੰਦਾ ਸੀ ਕਿਸੇ ਸਦੀਵੀ ਸੱਚ ਨੂੰ ਬਿਆਨ ਕਰਨਾ ਤੇ ਇਹ ਵਜੀਦ ਨੇ ਹੀ ਜ਼ਿਆਦਾਤਰ ਲਿਖੇ ਨੇ ਉਹਨਾਂ ਤੋਂ ਇਲਾਵਾ ਬਹੁਤ ਹੀ ਘੱਟ ਕੋਈ ਇੱਕ ਅਦਾ ਹੀ ਹੋਰ ਜੋ ਹੈ ਕਵੀ ਸੂਫੀ ਕਵੀ ਹੋਵੇਗਾ ਜਿਦੇ ਤੂਤੀਏ ਮਿਲਦੇ ਹੋਣ ਇਸੇ ਲਈ ਇਹ ਜੋ ਨੇ ਮਸ਼ਹੂਰ ਵੀ ਤੂਤੀਏ ਵਜੀਦਕੇ ਦੇ ਨਾਮ ਤੋਂ ਨੇ ਸੋ ਵਜੀਦ ਜੀ ਲਿਖਦੇ ਨੇ ਝੂਠੀ ਦੁਨੀਆ ਦੇਖ ਨਗਰ ਬਕੀਜੀਏ ਅੰਤ ਖਾਕਦਰ ਖਾਗ ਸਮਝ ਮੰਨ ਲੀਜੀਏ ਹਰਦਮ ਅੰਦਰ ਸਾਹਿਬ ਸਦਾ ਚਿਤਾਰੀਏ ਉਜੀਦਾ ਇਹ ਰਤਨ ਅਮੋਲਕ ਜਨ ਨਾ ਜੂਏ ਹਾਰੀਏ ਠੀਕ ਹੈ ਜੀ ਸੋ ਇੱਕ ਸਦੀਵੀ ਸੱਚ ਜੋ ਨੇ ਉਸ ਨੂੰ ਬਿਆਨ ਕੀਤਾ ਜਾ ਰਿਹਾ ਹੈ ਕਿ ਝੂਠੀ ਦੁਨੀਆ ਦੇ ਕੇ ਕੋਈ ਗਰਭ ਜਾਂ ਮਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਅੰਤ ਦੇ ਵਿੱਚ ਖਾਕ ਹੀ ਹੋਣਾ ਹੈ ਤੇ ਆਪਣਾ ਮਨ ਜੋ ਹੈ ਸਮਝਾਉਣਾ ਚਾਹੀਦਾ ਤੇ ਹਰਦਮ ਦੇ ਨਾਲ ਹਰ ਟਾਈਮ ਜੋ ਹੈ ਉਹ ਸਦਾ ਸਾਹਿਬ ਨੂੰ ਜੋ ਹੈ ਮਨ ਵਿੱਚ ਚਿਤਵਨਾ ਚਾਹੀਦਾ ਚਿਤਾਰਨਾ ਚਾਹੀਦਾ ਤੇ ਇਹ ਕਿਉਂਕਿ ਅਮੋਲਕ ਰਤਨ ਨੇ ਤੇ ਇਹਨਾਂ ਨੂੰ ਜੂਏ ਦੇ ਭਾ ਜੋ ਹੈ ਹਾਰਨਾ ਨਹੀਂ ਚਾਹੀਦਾ ਠੀਕ ਹੈ ਜੀ ਸੋ ਕਿਸੇ ਸਦੀਵੀ ਸੱਚ ਨੂੰ ਬਿਆਨ ਕਰਨ ਦੇ ਲਈ ਜੋ ਹੈ ਤੂਤੀਏ ਲਿਖੇ ਜਾਂਦੇ ਸੀ ਤੇ ਇਹ ਵਜੀਦ ਨੇ ਹੀ ਲਿਖੇ ਨੇ ਸੋ ਇੰਨਾ ਹੀ ਸੀ ਇਹਨਾਂ ਬਾਰੇ ਠੀਕ ਹੈ ਜੀ ਹੋ ਸਕਦਾ ਹੈ ਕਿ ਕਦੇ ਐਗਜ਼ਾਮੀਨਰ ਦਾ ਦਿਮਾਗ ਹੋ ਮੁਜੇ ਦੇ ਤੁਹਾਨੂੰ ਕੁਐਸਚਨ ਪੁੱਛ ਲੇ ਸੋ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਐਜੇਹਾ ਟੌਪਿਕ ਐਜੇਹਾ ਪੁਆਇੰਟ ਹੋਵੇ ਜਿਹੜਾ ਤੁਹਾਨੂੰ ਨਾ ਪਤਾ ਹੋਵੇ ਪੰਜਾਬੀ ਸਾਹਿਤ ਬਾਰੇ ਠੀਕ ਹੈ ਜੀ ਸੋ ਮੈਨੂੰ ਜਿੰਨੀ ਕੋ ਵੀ ਨੋਲੇਜ ਮਿਲਦੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਤੇ ਬਾਕੀ ਜੇ ਤੁਸੀਂ ਰਿਕਵੈਸਟ ਬਹੁਤ ਜ਼ਿਆਦਾ ਕਰਦੇ ਹੋ ਕਿ ਆਹ ਵਾਲੇ ਟੌਪਿਕ ਬਾਰੇ ਦੱਸ ਦੋ ਆਹ ਵਾਲੇ ਟੌਪਿਕ ਬਾਰੇ ਦੱਸ ਦੋ ਕਈ ਵਾਰੀ ਮੈਨੂੰ ਖੁਦ ਸੋਚਣਾ ਪੈ ਜਾਂਦਾ ਕਿਉਂਕਿ ਮੈਨੂੰ ਵੀ ਮੈਂ ਵੀ ਇੱਕ ਤੁਹਾਡੇ ਵਾਂਗੂ ਸਟੂਡੈਂਟ ਹੀ ਆ ਹਲੇ ਵੀ ਮਤਲਬ ਪੜਨ ਦੀ ਇੱਛਾ ਰੱਖਦੀ ਆ ਬਟ ਮੈਂ ਇੱਕ ਇੰਗਲਿਸ਼ ਦੀ ਤੇ ਇਕਨੋਮਿਕਸ ਦੀ ਟੀਚਰ ਆ ਬਟ ਮੈਨੂੰ ਸ਼ੌਂਕ ਬਹੁਤ ਜ਼ਿਆਦਾ ਪੰਜਾਬੀ ਸਾਹਿਤ ਤੇ ਪੰਜਾਬੀ ਭਾਸ਼ਾ ਪੜ੍ਹਨ ਦਾ ਸੋ ਇਸ ਲਈ ਮੈਂ ਆਪਣਾ ਸ਼ੌਂਕ ਪੂਰਾ ਕਰਨ ਲਈ ਪੜ੍ਹਾਉਣ ਦਾ ਸ਼ੌਂਕ ਪੂਰਾ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਜੋ ਹੈ ਤੁਹਾਡੇ ਨਾਲ ਨੋਲੇਜ ਸ਼ੇਅਰ ਕਰਦੀ ਆ ਸੋ ਕਈ ਵਾਰੀ ਜੀ ਜੇ ਤੁਹਾਡੀ ਰਿਕਵੈਸਟ ਤੇ ਮੈਂ ਕੋਈ ਵੀਡੀਓ ਅਪਲੋਡ ਨਹੀਂ ਕਰ ਪਾਉਂਦੀ ਤਾਂ ਉਹ ਉਹ ਦਾ ਰੀਜ਼ਨ ਸਮਝਿਆ ਕਰੋ ਕਿ ਮੈਨੂੰ ਵੀ ਪਹਿਲਾਂ ਉਸ ਚੀਜ਼ ਨੂੰ ਸਮਝਣ ਨੂੰ ਥੋੜਾ ਜਿਹਾ ਟਾਈਮ ਲੱਗਦਾ ਕਿਉਂਕਿ ਮੈਂ ਬਿਲਕੁਲ ਨਹੀਂ ਪੰਜਾਬੀ ਬੜੀ ਆ 12ਵੀਂ ਕਲਾਸ ਤੋਂ ਬਾਅਦ ਸੋ ਮੇਰਾ ਲਿੰਕ ਜੋ ਹੈ ਪੰਜਾਬੀ ਨਾਲ ਜੋ ਹੈ ਸਿਰਫ 12ਵੀਂ ਕਲਾਸ ਤੱਕ ਸੀ ਉਸ ਤੋਂ ਬਾਅਦ ਜਿੰਨੀ ਕੋਈ ਪੜ੍ਹੀ ਤਾਂ ਜਿਉ ਸ਼ੌਂਕੀਆ ਤੌਰ ਤੇ ਹੀ ਪੜ੍ਹੀ ਹੈ ਮਤਲਬ ਕਿਸੇ ਸਕੂਲ ਜਾਂ ਕਾਲਜ ਤੋਂ ਦੁਬਾਰਾ ਮੈਂ ਪੰਜਾਬੀ ਨਹੀਂ ਪੜ੍ਹੀ ਠੀਕ ਹੈ ਜੀ ਸੋ ਕਿਤੇ ਅਗਰ ਮੇਰੇ ਤੋਂ ਥੋੜੀ ਬਹੁਤ ਗਲਤੀ ਹੋ ਵੀ ਜਾਂਦੀ ਹੈ ਤਾਂ ਉਹ ਮਾਫ ਕਰ ਦਿਆ ਕਰੋ ਉਹਨੂੰ ਇਗਨੋਰ ਕਰ ਦਿਆ ਕਰੋ ਤੇ ਫੀਡਬੈਕ ਜ਼ਰੂਰ ਦਿਆ ਕਰੋ ਦੇ ਕਰੈਕਸ਼ਨ ਜ਼ਰੂਰ ਜੋ ਹੈ ਉਹ ਸੁਜੈਸਟ ਕਰ ਦਿਆ ਕਰੋ ਕਈ ਕਰਦੇ ਵੀ ਨੇ ਤੇ ਮੈਂ ਕਰੈਕਸ਼ਨ ਜੋ ਹੈ ਨਾਲ ਦੀ ਨਾਲ ਕਰ ਦਿੰਦੀ ਆ ਬਾਕੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਤੋਂ ਜਿੰਨੀ ਵੀ ਮੈਂ ਨੋਲੇਜ ਸ਼ੇਅਰ ਕਰ ਸਕਦੀ ਆ ਤੁਹਾਡੇ ਨਾਲ ਕਰਾਂ ਸੋ ਕਰਦੀ ਵੀ ਰਹਾਗੀ ਤੇ ਆਪਣਾ ਸਾਥ ਜੋ ਹੈ ਆਪਣੀ ਜੋ ਸਪੋਰਟ ਹੈ ਇੰਦਾ ਹੀ ਬਣਾਈ ਰੱਖੋ ਠੀਕ ਹੈ ਜੀ ਸੋ ਅਗਰ ਵੀਡੀਓ ਚੰਗੀ ਲੱਗੀ ਹੋਏ ਤਾਂ ਬਾਕੀਆਂ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਤੇ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਇਓ ਠੀਕ ਹੈ ਜੀ ਸੋ ਥੈਂਕ ਯੂ ਜੀ ਥੈਂਕਸ ਫॉर ਵਾਚਿੰਗ